ਸਸਿਕਲ ਕਿਸਾਨ ਵੀਰੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਆਲੂ ਦੀ ਫਸਲ ਬਾਰੇ ਆਲੂ ਦੇ ਕਿਸਾਨਾਂ ਵਾਸਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਨਵੀਂ ਚੁਣੌਤੀ ਆ ਕੇ ਖੜੀ ਹੋ ਗਈ ਹੈ ਜਿਹਦਾ ਨਾਮ ਹੈ ਲੇਟ ਬਲਾਈਟ ਲੇਟ ਬਲਾਈਟ ਦਾ ਜਿਹੜਾ ਹਮਲਾ ਵੱਡੇ ਪੱਧਰ ਤੇ ਹੋ ਚੁੱਕਿਆ ਤੇ ਉਹਦੇ ਨਾਲ ਆਪਣੇ ਜਿਹੜੇ ਏਰੀਆ ਦੀ ਫਸਲ ਵੀ ਕਾਫੀ ਵੱਡੇ ਪੱਧਰ ਤੇ ਖਰਾਬ ਹੋ ਰਹੀ ਹੈ ਤੇ ਕਿਸਾਨ ਲਗਾਤਾਰ ਸਪਰੇ ਕਰ ਰਿਹਾ ਲੇਕਿਨ ਫਿਰ ਵੀ ਜਿਹੜਾ ਲੇਟ ਬਲਾਈਟ ਦਾ ਕੰਟਰੋਲ ਆ ਉਹ ਨਹੀਂ ਹੋ ਰਿਹਾ ਤਾਂ ਇਹ ਕਿਉਂ ਹੋ ਰਿਹਾ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਕਿਸਾਨ ਵੀਰੋ ਲੇਟ ਬਲਾਈਟ ਜਿਹੜੀ ਫੈਲਦੀ ਆਪਣੀ ਫਸਲ ਦੇ ਵਿੱਚ ਉਹ ਫਾਈਟੋਪਥੋਰਾ ਇਨਫੈਸਟੈਂਸ ਨਾਂ ਦੀ ਇੱਕ ਫੰਗਸ ਹੁੰਦੀ ਹੈ ਉਹਦੇ ਥਰੂ ਫੈਲਦੀ ਹੈ ਤੇ ਇਹ ਫੰਗਸ ਇੰਨੀ ਘਾਤਕ ਹੈਗੀ ਹੈ ਕਿ ਜਿਹੜਾ ਯੂਨੀਅਨ ਯੂਨਾਈਟਿਡ ਸਟੇਟ ਜਿਵੇਂ ਅਮਰੀਕਾ ਹੈਗਾ ਸੋਵੀਅਤ ਯੂਨੀਅਨ ਹੈਗਾ ਫਰਾਂਸ ਹੈ ਇਹਨਾਂ ਨੇ ਜਦੋਂ ਰਿਸਰਚ ਕੀਤੀ ਸੀ ਤਾਂ ਇਹਨੂੰ ਇੱਕ ਬਾਇਓਲੋਜੀਕਲ ਵੈਪਨ ਵੀ ਆਖਿਆ ਆਪਦੀ ਰਿਸਰਚ ਦੇ ਵਿੱਚ ਅਗਰ ਆਪਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਰਿਸਰਚ ਦੇ ਵਿੱਚ ਪਾਇਆ ਹੈਗਾ ਕਿ ਲੇਟ ਬਲਾਈਟ ਕਰਕੇ ਆਪਣੀ ਜਿਹੜੀ ਫਸਲ ਦਾ ਨੁਕਸਾਨ ਹੈ ਜਿਹੜਾ ਝਾੜ ਦਾ ਨੁਕਸਾਨ ਉਹ 80% ਤੱਕ ਹੋ ਸਕਦਾ ਹੈ 80% ਤੱਕ ਅਤੇ ਲੇਟ ਬਲਾਈਟ 14 ਦਿਨਾਂ ਦੇ ਵਿੱਚ ਆਪਣੀ ਪੂਰੀ ਫਸਲ ਨੂੰ ਤਬਾਹ ਕਰ ਸਕਦੀ ਹੈ ਲੇਟ ਬਲਾਈਟ ਦੇ ਵਾਸਤੇ ਕਿਹੜੀਆਂ ਇਹੋ ਜਿਹੀਆਂ ਵਧੀਆ ਚੀਜ਼ਾਂ ਜਿਨ੍ਹਾਂ ਕਰਕੇ ਫੈਲਦੀ ਹੈ ਕਦੋਂ ਇਹਨੂੰ ਕਿਹੜਾ ਟੈਂਪਰੇਚਰ ਚਾਹੀਦਾ ਤਾਂ 3 ਚੀਜ਼ਾਂ ਕਿਸਾਨ ਵੀਰੋ ਪਹਿਲੀ ਹੈਗੀ ਹੈ ਕਿ ਘੱਟ ਟੈਂਪਰੇਚਰ ਦੂਜੀ ਹੈਗੀ ਹੈ ਹਾਈ ਹਿਊਮਿਡਿਟੀ ਤੀਜੀ ਹੈ ਕਿ ਜਿਹੜੀਆਂ ਬਾਰਿਸ਼ਾਂ ਹੁੰਦੀਆਂ ਜਿਵੇਂ ਵਿੰਟਰ ਰੇਨ ਜਿਨ੍ਹਾਂ ਨੂੰ ਆਪਾਂ ਇਸ ਮੌਸਮ ਦੇ ਵਿੱਚ ਰੁੱਕ ਰੁੱਕ ਕੇ ਜਿਹੜੀਆਂ ਬਰਸਾਤਾਂ ਹੋਣ ਉਹਦੇ ਕਰਕੇ ਵੱਧ ਫੈਲਦੀ ਹੈ ਅਗਰ ਆਪਣੇ ਟੈਂਪਰੇਚਰ 10 ਡਿਗਰੀ ਤੱਕ ਹੈਗਾ ਤਾਂ ਇਹਦੀ ਜਿਹੜੀ ਫੰਗਸ ਹੈਗੀ ਹੈ ਇਹ 10 ਤੋਂ 12 ਦਿਨਾਂ ਦੇ ਵਿੱਚ ਆਪਦਾ ਜਿਹੜਾ ਜੀਵਨ ਕਾਲ ਉਹ ਪੂਰਾ ਕਰਦੀ ਹੈ ਪਰ ਜਦੋਂ ਟੈਂਪਰੇਚਰ 16 ਡਿਗਰੀ ਤੋਂ ਲੈ ਕੇ 18 ਡਿਗਰੀ 19 ਡਿਗਰੀ ਤੱਕ ਹੁੰਦਾ ਤਾਂ ਇਹ ਸਿਰਫ 4 ਤੋਂ 5 ਦਿਨਾਂ ਦੇ ਵਿੱਚ ਆਪਣਾ ਲਾਈਫ ਸਾਈਕਲ ਪੂਰਾ ਕਰਦੀ ਹੈ ਅਤੇ ਫਿਰ ਨਵਾਂ ਲਾਈਫ ਸਾਈਕਲ ਸਟਾਰਟ ਕਰਦੀ ਹੈ ਹੁਣ ਇਹ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਲੇਟ ਬਲਾਈਟ ਆਪਣੇ ਫਸਲ ਦੇ ਵਿੱਚ ਆ ਜਾਂਦੀ ਹੈ ਤਾਂ ਉਹਨੂੰ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ ਹੈ ਅਤੇ ਇੱਕ ਇਹ ਵੀ ਦੇਖਿਆ ਗਿਆ ਜਿਹੜੇ ਕਿਸਾਨ ਲਗਾਤਾਰ ਜ਼ਿਆਦਾ ਸਪਰੇਅ ਕਰ ਰਹੇ ਨੇ ਉਹ ਕੁਛ ਇਹੋ ਜਿਹੇ ਮੋਲੀਕਿਊਲਸ ਦਾ ਸਪਰੇਅ ਕਰ ਰਹੇ ਨੇ ਜਿਨ੍ਹਾਂ ਦੀ ਰੈਜ਼ਿਸਟੈਂਸ ਪਿਛਲੇ ਕਈ ਸਾਲਾਂ ਤੋਂ ਆਪਣੇ ਖੇਤਾਂ ਦੇ ਵਿੱਚ ਆ ਚੁੱਕੀ ਹੈ ਅਤੇ ਉਹਨਾਂ ਕਰਕੇ ਕੋਈ ਕੰਟਰੋਲ ਵੀ ਨਹੀਂ ਮਿਲ ਪਾ ਰਿਹਾ ਅਤੇ ਕਈ ਜਿਹੜੇ ਕਿਸਾਨ ਨੇ ਉਹ ਇਕੱਲਾ ਜਿਹੜਾ ਕੰਟੈਕਟ ਫੰਜੀਸਾਈਡ ਉਹਦਾ ਹੀ ਸਪਰੇਅ ਕਰਦੇ ਪਏ ਉਹਦੇ ਕਰਕੇ ਕੋਈ ਵੀ ਕੰਟਰੋਲ ਹੈ ਜਿਹੜਾ ਉਹ ਨਹੀਂ ਮਿਲਦਾ ਪਿਆ ਕਿਸਾਨ ਵੀਰੋ ਜਿਹੜੀ ਲੇਟ ਬਲਾਈਟ ਹੈਗੀ ਉਹ ਤੁਹਾਡੇ ਪੱਤਿਆਂ ਦੇ ਉੱਤੇ ਜਦੋਂ ਧੱਬੇ ਆਉਣੇ ਸ਼ੁਰੂ ਹੋ ਜਾਂਦੇ ਨਾਲ ਦੀ ਨਾਲ ਪੱਤੇ ਦੇ ਜਿਹੜੇ ਥੱਲੜੇ ਪਾਸੇ ਅਗਰ ਤੁਸੀਂ ਅਰਲੀ ਮਾਰਨਿੰਗ ਆਵਰਸ ਦੇ ਵਿੱਚ ਦੇਖੋਗੇ ਤਾਂ ਇੱਕ ਜਿਹੜੀ ਚਿੱਟੇ ਦੇ ਰੰਗ ਦੀ ਜਿਵੇਂ ਰੂਈ ਕਹਿ ਦਿੰਦੇ ਹਾਂ ਫੰਗਸ ਉਹ ਪੱਤੇ ਦੇ ਹੇਠਲੇ ਪਾਸੇ ਡਿਵੈਲਪ ਹੁੰਦੀ ਹੈ ਫਿਰ ਇਹ ਤਨੇ 'ਤੇ ਵੀ ਆਪਦਾ ਅਸਰ ਦਿਖਾਉਂਦੀ ਹੈ ਅਤੇ ਅਗਰ ਬਾਈ ਚਾਂਸ ਬਾਰਿਸ਼ ਹੈ ਜਾਂ ਤਰੇਲ ਹੈ ਤਰੇਲ ਨਾਲ ਜਿਹੜੀ ਫੰਗਸ ਪੱਤੇ ਦੇ ਉੱਤੇ ਉਹ ਥੱਲੇ ਜ਼ਮੀਨ 'ਚ ਡਿੱਗਦੀ ਹੈ ਅਤੇ ਜਦੋਂ ਵੀ ਆਪਾਂ ਫਸਲ ਨੂੰ ਪਾਣੀ ਲਾਉਂਦੇ ਹਾਂ ਉਹ ਪਾਣੀ ਦੇ ਨਾਲ ਉਹ ਫੰਗਸ ਥੱਲੇ ਜਾਂਦੀ ਹੈ ਅਤੇ ਉਹਦੇ ਨਾਲ ਜਿਹੜਾ ਆਪਣਾ ਆਲੂ ਹੈ ਜਾਂ ਜਿਹਨੂੰ ਆਪਾਂ ਟਿਊਬਰ ਕਹਿ ਦਿੰਦੇ ਹਾਂ ਉਹਨੂੰ ਵੀ ਆਪਦੀ ਚਪੇਟ 'ਚ ਲੈ ਲੈਂਦੀ ਹੈ ਅਤੇ ਆਪਣੀ ਜਿਹੜੀ ਫਸਲ ਆ ਉਹ ਖਰਾਬ ਹੋ ਜਾਂਦੀ ਹੈ ਤਾਂ ਹੁਣ ਆਪਾਂ ਗੱਲ ਕਰਾਂਗੇ ਕਿ ਇਹਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ ਜਾਂ ਇਹ ਕਹਿਣਾ ਜ਼ਿਆਦਾ ਵਧੀਆ ਰਹੂਗਾ ਕਿ ਇਹਦਾ ਮੈਨੇਜਮੈਂਟ ਕਿਵੇਂ ਕਰ ਸਕਦੇ ਹਾਂ ਕਿਉਂਕਿ ਇੰਨੇ ਵੱਡੇ ਪੱਧਰ 'ਤੇ ਜਦੋਂ ਹਮਲਾ ਹੋਵੇ ਤਾਂ ਉਹਨੂੰ ਕੰਟਰੋਲ ਕਰਨਾ ਬੜਾ ਔਖਾ ਹੁੰਦਾ ਕਿਸਾਨ ਵੀਰੋ ਅਗਰ ਤੁਹਾਡੇ ਖੇਤ ਦੇ ਵਿੱਚ ਲੇਟ ਬਲਾਈਟ ਦਾ ਹਮਲਾ ਹਜੇ ਨਹੀਂ ਹੈਗਾ ਤਾਂ ਪ੍ਰੀਕੋਸ਼ਨਰੀ ਜਿਹੜਾ ਸਪਰੇਅ ਹੈਗਾ ਉਹ ਇਹ ਪਹਿਲਾ ਸਪਰੇਅ ਇਨਫੀਨੀਟੋ ਦਾ ਕਰੋ ਇਨਫੀਨੀਟੋ ਬਾਇਰ ਦਾ ਪ੍ਰੋਡਕਟ ਹੈਗਾ ਅਤੇ 600 ml ਜਿਹੜੀ ਉਹਦੀ ਡੋਜ਼ ਹੈ ਕਿੱਲੇ ਦੀ ਉਸ ਦੇ ਹਿਸਾਬ ਨਾਲ ਹੀ ਆਪਾਂ ਵਰਤਣਾ ਦੂਸਰਾ ਜਿਹੜਾ ਸਪਰੇਅ ਹੈਗਾ ਕਿ ਹਫ਼ਤੇ ਹਫ਼ਤੇ ਦੇ ਵਿੱਚ ਆਪਾਂ ਨੂੰ ਹਫ਼ਤੇ ਤੋਂ 10 ਦਿਨ ਦੇ ਵਿੱਚ ਸਪਰੇਅ ਕਰਨਾ ਪਏਗਾ ਦੂਸਰਾ ਜਿਹੜਾ ਸਪਰੇਅ ਹੈਗਾ ਉਹ ਮੈਲਡੀ ਦਾ ਕਰੋ ਮੈਲਡੀ ਡਿਊ ਦੀ ਜਿਹੜੀ ਡੋਜ਼ ਹੈ ਉਹ 800 ਗ੍ਰਾਮ ਤੱਕ ਰਹੇਗੀ ਅਤੇ ਉਸ ਤੋਂ ਬਾਅਦ ਅਗਰ ਤਾਂ ਆਪਾਂ ਨੂੰ ਲੋੜ ਪੈਂਦੀ ਹੈ ਤਾਂ ਆਪਾਂ ਅੱਗੇ ਫਿਰ ਇਨਫੀਨੀਟੋ ਦਾ ਕਰ ਸਕਦੇ ਹਾਂ ਜਦੋਂ ਇਹਦਾ ਹਮਲਾ ਹੁੰਦਾ ਇਹ ਵੀ ਤੁਹਾਨੂੰ ਦੇਖ ਕੇ ਹੈਰਾਨੀ ਹੋਊਗੀ ਜਦੋਂ ਲੇਟ ਬਲਾਈਟ ਤੁਹਾਨੂੰ ਦਿਖਣ ਲੱਗਦੀ ਹੈ ਤੁਹਾਡੇ ਬੂਟੇ ਦੇ ਉੱਤੇ ਤਾਂ ਉਸ ਤੋਂ 3 ਤੋਂ 7 ਦਿਨ ਤੱਕ ਪਹਿਲਾਂ ਉਹਦਾ ਹਮਲਾ ਜਿਹੜਾ ਉਹ ਆਪਣੀ ਫਸਲ 'ਤੇ ਹੋ ਚੁੱਕਿਆ ਹੁੰਦਾ ਮਤਲਬ ਇਹ ਕਹਿ ਸਕਦੇ ਹਾਂ ਕਿ 3 ਤੋਂ 7 ਦਿਨਾਂ ਬਾਅਦ ਉਹਦੇ ਜਿਹੜੇ ਸਿਮਟਮਸ ਹੈ ਜਾਂ ਲੱਛਣ ਆ ਉਹ ਆਪਾਂ ਨੂੰ ਬੂਟੇ 'ਤੇ ਦਿਖਦੇ ਆ ਤਾਂ ਇਹਦਾ ਜਿਹੜਾ ਮੈਨੇਜਮੈਂਟ ਉਹ ਸਹੀ ਤਰੀਕੇ ਨਾਲ ਕਰੋ ਇਹੋ ਜਿਹੀਆਂ ਦਵਾਈਆਂ ਨਾਲ ਕਰੋ ਜਿਨ੍ਹਾਂ ਦੀ ਰੈਜ਼ਿਸਟੈਂਸ ਅਜੇ ਆਪਣੀ ਫਸਲ ਦੇ ਵਿੱਚ ਨਹੀਂ ਹੈਗੀ ਜਿਨ੍ਹਾਂ ਨਾਲ ਆਪਾਂ ਨੂੰ ਲੰਬਾ ਕੰਟਰੋਲ ਮਿਲੇ ਅਤੇ ਜਿਹੜੀ ਆਪਣੀ ਫਸਲ ਉਹ ਸੁਰੱਖਿਅਤ ਰਹੇ ਜੇ ਕੋਈ ਹੋਰ ਵੀ ਤੁਹਾਡਾ ਸਵਾਲ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ